ਤਾਂ ਪਤੀਲਾ ਜੀ ਦੇ ਘਰ ਚੋਰੀ ਹੋ ਗਈ ਹੈ। ਜੀ ਹਾਂ, ਇਹ ਪਤੀਲਾ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦੇ ਨਾਲ ਇਹਨਾਂ ਦੀਆਂ ਤੁਸੀਂ ਤਸਵੀਰਾਂ ਵੀਡੀਓਜ਼ ਕਾਫੀ ਦੇਖੀਆਂ ਹੋਣਗੀਆਂ, ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਵੀ ਰਹਿੰਦੇ ਸੀ। ਹੁਣ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ। ਚੋਰ ਇਹਨਾਂ ਦੀ ਅਲਮਾਰੀ ਤੋੜ ਕੇ ਸਾਰੇ ਗਹਿਣੇ ਗੱਟੇ ਅਤੇ ਹਜ਼ਾਰਾਂ ਰੁਪਏ ਕੈਸ਼ ਲੈ ਕੇ ਫਰਾਰ ਹੋ ਗਏ ਨੇ। ਤਾਂ ਮਸ਼ਹੂਰ ਕਮੇਡੀਅਨ ਪਤੀਲਾ ਜੀ ਉਰਫ ਸੰਦੀਪ ਦੇ ਘਰ ਚੋਰੀ ਹੋ ਗਈ ਹੈ। ਦੱਸ ਦਈਏ ਕਿ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ, ਜਿਸ ਦੇ ਅੰਦਰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੀਵਾਰ ਟੱਪ ਕੇ ਇਹ ਚੋਰ ਅੰਦਰ ਵਾਖਲ ਹੁੰਦੇ ਨੇ ਅਤੇ ਪੇਚਕਸ਼ ਦੀ ਮਦਦ ਦੇ ਨਾਲ ਅਲਮਾਰੀ ਖੋਲ੍ਹ ਕੇ ਉਸ ਦੇ ਅੰਦਰ ਪਏ ਗਹਿਣੇ ਅਤੇ ਕੈਸ਼ ਉਡਾ ਕੇ ਫਰਾਰ ਹੋ ਜਾਂਦੇ ਨੇ। ਇਸ ਬਾਰੇ ਮਸ਼ਹੂਰ ਕਮੇਡੀਅਨ ਪਤੀਲਾ ਜੀ ਨੇ ਵੀ ਦੱਸਿਆ ਹੈ ਕਿ ਉਹ ਘਰ ਦੇ ਬਾਹਰ ਗਏ ਹੋਏ ਸੀ, ਜਦ ਉਹਨਾਂ ਨੇ ਆ ਕੇ ਵੇਖਿਆ ਤਾਂ ਡਾਇਨਿੰਗ ਟੇਬਲ ਦੇ ਉੱਤੇ ਬੇਟੇ ਨੇ ਇੱਕ ਪੇਚਕਸ਼ ਵੇਖਿਆ, ਤਾਂ ਉਹ ਹੈਰਾਨ ਰਹਿ ਗਏ ਕਿ ਪੇਚਕਸ਼ ਡਾਇਨਿੰਗ ਟੇਬਲ 'ਤੇ ਕਿਵੇਂ ਆਇਆ। ਫਿਰ ਉਹਨਾਂ ਨੇ ਜਾ ਕੇ ਆਪਣੇ ਰੂਮ ਦੀ ਅਲਮਾਰੀ ਦੇਖੀ ਤਾਂ ਉਹ ਹੈਰਾਨ ਰਹਿ ਗਏ। ਅਲਮਾਰੀ ਇੱਕ ਛੋਟੇ ਜਿਹੇ ਪੇਚਕਸ਼ ਦੀ ਮਦਦ ਦੇ ਨਾਲ ਖੋਲ੍ਹਤੀ ਸੀ ਅਤੇ ਅਲਮਾਰੀ ਦੇ ਅੰਦਰ ਪਏ ਹੋਏ ਗਹਿਣੇ ਗੱਟੇ ਅਤੇ ਹਜ਼ਾਰਾਂ ਰੁਪਏ ਕੈਸ਼ ਲੈ ਕੇ ਚੋਰ ਫਰਾਰ ਹੋ ਗਏ ਸੀ। ਤਾਂ ਮਸ਼ਹੂਰ ਕਮੇਡੀਅਨ ਪਤੀਲਾ ਜੀ ਉਰਫ ਸੰਦੀਪ ਦੇ ਘਰ ਚੋਰੀ ਹੋਈ ਹੈ। ਸੰਦੀਪ ਜੀ ਕਮੇਡੀਅਨ ਨਾਮ ਹੈ ਪਤੀਲਾ ਜੀ। ਜੀ ਸਰ, ਕੀ ਮਾਮਲਾ ਕੀ ਆ ਸਰ? ਸੀ ਸੀ ਟੀ ਵੀ ਚੈੱਕ ਕੀਤਾ ਜੀ, ਆ ਕੇ ਲੱਗਾ ਇੱਥੇ ਪੇਚਕਸ਼ ਅਣ ਪਛਾਤਾ ਨਜ਼ਰ ਆਇਆ ਸੀਗਾ ਜੀ। ਅਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੇਚਕਸ਼ ਤਾਂ ਆਪਣਾ ਹੈ ਨਹੀਂ ਗਾ। ਮੈਨੂੰ ਇੱਕਦਮ ਸ਼ੱਕ ਪਿਆ, ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ। ਅਤੇ ਉਦੋਂ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਸੀਗੇ ਅਤੇ ਡੱਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਅਤੇ ਗਹਿਣੇ ਚੋਰੀ। ਕਰੀਬ ਕਿੰਨਾ ਨੁਕਸਾਨ ਹੋ ਗਿਆ? ਚਾਬੀ ਕਿਹੜੀ ਮਾਸਟਰ ਚਾਬੀ ਸੀਗੀ ਜਿਹੜੀ ਇੱਕ ਝਟਕਣੀ ਲੱਗੀ ਹੋਈ ਸੀਗੀ, ਉਹ ਤਾਂ ਕੋਈ ਖੁੱਲ੍ਹੀ ਨਹੀਂ ਕਿਉਂਕਿ ਉਹ ਚਾਬੀਆਂ ਨਹੀਂ ਸੀ, ਉਹਨੇ ਤੋੜੀ ਆ। ਬਾਕੀ ਆਪਣੀ ਚਾਬੀ ਨਾਲ ਹੀ ਖੋਲਿਆ, ਚਾਬੀ ਨਾਲ ਹੀ ਬੰਦ ਕਰਕੇ ਗਿਆ। ਰਾਤ ਦਾ ਸਮਾਂ ਦਿੰਦਾ ਸਮਾਂ? ਰਾਤ ਦਾ ਸਮਾਂ ਜੀ 1:00 ਤਕਰੀਬਨ 42-43 ਮਿੰਟ 'ਤੇ ਆਇਆ ਜੀ। ਇਸ ਬੰਦੇ ਸ਼ਿਕਾਇਤ ਦਿੱਤੀ? ਹਾਂਜੀ, ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ। ਹਾਂਜੀ, ਤੁਸੀਂ ਹੁਣੀ ਨੋਟ ਕੀਤਾ? ਹਾਂਜੀ ਹਾਂਜੀ, ਠੀਕ ਆ। ਜਿਸ ਜਿਹੜਾ ਜਿਹੜੀ ਚੋਰੀ ਹੈ ਸਰ, ਕੀਤਾ ਕਲੋਨੀ ਸਰ, ਕੀ ਮਾਮਲਾ ਕੀ ਸਰ? ਮਾਮਲਾ ਕੁਛ ਨਹੀਂ ਹੈ, ਪਤੀਲਾ ਜੀ ਹੈ ਕਮੇਡੀਅਨ ਜੀ, ਇਹਨਾਂ ਦੇ ਘਰ ਪੁੱਜੇ ਹਾਂ, ਪਤਾ ਲੱਗਾ ਕਹਿੰਦੇ ਚੋਰੀ ਹੋਈ ਹੈ ਜੀ। ਅਤੇ ਅਸੀਂ ਪਹੁੰਚੇ ਹਾਂ ਇੱਥੇ, ਆਣ ਕੇ ਇਹਨਾਂ ਦੇ ਤਾਲੇ ਕੋਈ ਨਹੀਂ ਟੁੱਟਿਆ ਜੀ, ਪਰ ਲੇਕਿਨ ਬੰਦਾ ਅੰਦਰ ਜ਼ਰੂਰ ਦਾਖਲ ਹੋਇਆ, ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ, ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ। ਸਰ, ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਕੁਛ ਸੋਨੇ ਦੇ ਗਹਿਣੇ ਆ, ਹੋਰ 50,000 ਰੁਪਏ ਦੱਸਦੇ ਆ। ਅਤੇ ਬਾਕੀ ਆਪਾਂ ਇਹਨਾਂ ਦੇ ਹੁਣ ਲੈ ਰਹੇ ਹਾਂ, ਕੋਈ ਦਰਖਾਸਤ ਜਾਂ ਬਿਆਨ ਦੇ ਰਹਿੰਦੇ ਹਾਂ। ਸਰ, ਪਤਾ ਲੱਗਾ ਸੀਸੀਟੀਵੀ 'ਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ? ਸਿੰਗਲ ਬੰਦਾ ਇੱਕੋ ਆਇਆ ਹੋਇਆ। ਓਕੇ, ਕਿਹੜਾ ਏਰੀਆ, ਕਿਹੜਾ ਬੰਦਾ ਹੈ? ਇਹ ਅੰਗੀਤਾ ਕਲੋਨੀ ਹੈ। ਥਾਣਾ ਕਿਹੜਾ ਬੰਦਾ ਸਰ? ਉਹਨੂੰ ਥਾਣਾ ਨੂੰ ਭਾਰੂ ਕਹਿੰਦੇ। ਆਪਣਾ ਨਾਮ ਬੋਲਿਓ ਜੀ। ਮੇਰਾ ਨਾਮ ਐਸ ਏ ਬਲਵਿੰਦਰ ਸਿੰਘ ਹੈ। ਠੀਕ।